ਮੋੜ ਮੰਡੀ ਬਲਾਸਟ ਮਾਮਲੇ ਦੇ ਵਿਚ ਪੰਜਾਬ ਸਰਕਾਰ ਵੱਲੋਂ ਸਟੇਟਸ ਰਿਪੋਰਟ ਹੈ ਜਿਹੜੀ ਦਾਖਿਲ ਕਰ ਦਿੱਤੀ ਗਈ ਹੈ। ਆਖਿਰਕਾਰ ਕੀ ਸਟੇਟਸ ਰਿਪੋਰਟ ਹੈ ਇਸ ਬਾਰੇ ਵੀ ਜਾਣਾਂਗੇ। ਸਾਡੇ ਨਾਲ ਇਸ ਵਕਤ ਐਡਵੋਕੇਟ ਮਹਿੰਦਰ ਸਿੰਘ ਜੋਸ਼ੀ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਤੋਂ ਜਾਣਾਂਗੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਮੋੜ ਮੰਡੀ ਬਲਾਸਟ ਮਾਮਲਾ ਜਿਹੜਾ ਉਹ ਕੇਸ ਲੜ ਰਹੇ ਨੇ। ਆਖਿਰਕਾਰ ਕੀ ਉਹ ਸਟੇਟਸ ਰਿਪੋਰਟ ਤੋਂ ਜਿਹੜੇ ਸੰਤੁਸ਼ਟ ਨੇ ਜਾਂ ਕੀ ਅਗਲੀ ਪੈਰਵਾਈ ਰਹੇਗੀ ਇਸ ਬਾਰੇ ਜਾਣਾਂਗੇ। ਸਰ ਕੀ ਸਟੇਟਸ ਰਿਪੋਰਟ ਜਿਹੜੀ ਉਹ ਦਾਖਿਲ ਕਰ ਦਿੱਤੀ ਗਈ ਹੈ ਤੇ ਤੁਹਾਡੇ ਕੀ ਜਿਹੜੇ ਕਮੈਂਟ ਰਹੇ ਨੇ ਉਸ ਤੇ? ਦੇਖੋ ਗੱਲ ਇਹ ਹੈ ਬਈ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਵੀ 31-1-2017 ਨੂੰ ਵਿਧਾਨ ਸਭਾ ਦੀਆਂ ਪੰਜਾਬ ਦੀਆਂ ਚੋਣਾਂ ਸੀਗੀਆਂ ਜਦੋਂ 4 ਦਿਨ ਪਹਿਲਾਂ ਇਹ ਮੌੜ ਵਿੱਚ ਬੰਬ ਬਲਾਸਟ ਹੋਇਆ ਸੀ ਡਿਸਟ੍ਰਿਕਟ ਬਠਿੰਡਾ 'ਚ ਜਿਹਦੇ ਵਿੱਚ 7 ਬੰਦੇ ਦੀ ਡੈਥ ਹੋ ਗਈ ਸੀ ਅਤੇ 25 ਇੰਜਰਡ ਹੋਏ ਸੀਗੇ। 2018 ਦੇ ਵਿੱਚ ਅਸੀਂ ਰਿੱਟ ਪਾਈ ਸੀ ਅਤੇ ਲਗਾਤਾਰ ਅਬਾਊਟ 7 ਈਅਰਸ ਹੋ ਗਏ ਸਾਨੂੰ ਲੜਦਿਆਂ ਨੂੰ ਅਤੇ ਇਹਦੇ ਵਿੱਚ ਇੱਕ ਵੀ ਬੰਦਾ ਅਜੇ ਤੱਕ ਅਰੈਸਟ ਨਹੀਂ ਹੋਇਆ। ਪਿਛਲੀ ਵਾਰੀ ਮਾਨਯੋਗ ਹਾਈ ਕੋਰਟ ਨੇ ਇਹਨਾਂ ਨੂੰ ਕਾਫੀ ਤਾੜਨਾ ਕੀਤੀ ਸੀ ਅਤੇ ਸਟੇਟਸ ਰਿਪੋਰਟ ਫਾਈਲ ਕਰਨ ਲਈ ਕਿਹਾ ਸੀ ਅਤੇ ਉਹਦੇ ਵਿੱਚ ਨਾਲ ਹੀ ਜਿਹੜੇ ਬੰਦਿਆਂ ਦੀ ਪ੍ਰੋਪਰਟੀ ਪੀਓ ਨੇ ਜਿਹੜੇ 3 ਅਵਨੀਕ ਸਿੰਘ, ਅਵਤਾਰ ਸਿੰਘ ਅਤੇ ਇੱਕ ਹੋਰ ਆਪਣਾ ਗੁਰਤੇਜ ਕਾਲਾ, ਹੈਂ, ਇਹਨਾਂ ਦੀ ਪ੍ਰੋਪਰਟੀ ਅਟੈਚ ਕੀਤੀ ਸੀਗੀ ਅਤੇ ਉਹਨੂੰ ਸੇਲ ਕਰਨ ਲਈ ਕੋਸ਼ਿਸ਼ ਕਰਨ ਵਾਸਤੇ ਕਿਹਾ ਸੀ। ਇਸ ਵਾਰ ਸਟੇਟਸ ਰਿਪੋਰਟ 'ਚ ਉਹਨਾਂ ਨੇ ਇਹੀ ਵਾਰ ਵਾਰ ਉਹੀ ਰਿਪੀਟ 'ਚ, ਅਸਲ 'ਚ ਪਿਛਲੇ 3-4 ਸਾਲ ਤੋਂ ਜਿਹੜੀ ਸਿੱਟ ਹੈ ਉਹ ਹੱਥੇ ਹੱਥ ਬੈਠੀ ਹੈ, ਬਸ ਇੱਕ ਖਾਨਾ ਪੂਰਤੀ ਜਾਂ ਆਈ ਵਾਸ਼ ਲਈ ਇਹ ਲਿਖ ਦਿੰਦੇ ਨੇ ਸਟੇਟਸ ਰਿਪੋਰਟ 'ਚ ਵੀ ਫਲਾਣੀ ਤਰੀਕ ਨੂੰ ਅਸੀਂ ਫਲਾਣੇ ਪਿੰਡ ਗਏ। ਫਲਾਣੀ ਹੈ ਕਿ ਲੰਬੇ ਸਮਾਂ ਹੋ ਗਿਆ ਇਸ ਕੇਸ ਨੂੰ ਵੀ ਲਗਾਤਾਰ ਇੱਕੋ ਹੀ ਸਵਾਲ ਜਿਹੜਾ ਫਿਰ ਖੜਾ ਹੁੰਦਾ ਕਿ ਆਖਿਰਕਾਰ ਸਟੇਟਸ ਕਿੱਥੇ ਹੈ ਕੇਸ ਦਾ, ਲੇਕਿਨ ਉਸਦੇ ਵਿੱਚ ਦੂਸਰੇ ਪਾਸੇ ਇਹ ਪੱਖ ਰੱਖਿਆ ਜਾਂਦਾ ਕਿ ਇੱਥੇ ਰੇਡ ਕਰ ਲਈ ਆ, ਉੱਥੇ ਰੇਡ ਕਰ ਲਈ ਆ, ਪਰ ਅਜੇ ਤੱਕ ਰੋਪੀ ਨਹੀਂ ਫੜੇ ਗਏ। ਗੱਲ ਇਹੀ ਹੈ ਵੀ ਸਟੇਟਸ ਦਾ ਜਿਹੜਾ ਜ਼ੀਰੋ ਹੈ ਇਨਵੈਸਟੀਗੇਸ਼ਨ ਦਾ, ਇਹ ਸਿਰਫ ਆਈ ਵਾਸ਼ ਲਈ ਹੋ ਰਿਹਾ ਜੋ ਕੁਛ। ਅਸਲ 'ਚ ਜਾਂ ਤਾਂ ਸਰਕਾਰਾਂ ਨਹੀਂ ਚਾਹੁੰਦੀਆਂ ਇਸ ਨੂੰ ਕੋਈ ਤਣ ਪੱਤਣ ਲਾਉਣਾ। ਪਿਛਲੇ ਕਾਂਗਰਸ ਸਰਕਾਰ ਵੇਲੇ ਵੀ ਆਪਣੇ ਜਿਹੜੇ ਉਸ ਸਮੇਂ ਦੇ ਡਿਪਟੀ CM ਸੀਗੇ ਉਹਨਾਂ ਨੇ ਐਲੀਗੇਸ਼ਨ ਲਾਇਆ ਸੀ ਪਹਿਲੇ CM 'ਤੇ ਜਿਨ੍ਹਾਂ ਨੂੰ ਵਿੱਚੋਂ ਹੀ ਹਟਾਤਾ ਸੀਗਾ ਬਈ ਇਹਨਾਂ ਨੇ ਹਾਲਟ ਕਰੀ ਰੱਖੀ ਇਨਵੈਸਟੀਗੇਸ਼ਨ, ਮੌੜ ਬਲਾਸਟ ਦੀ ਰੋਕੀ ਰੱਖੀ ਅਤੇ ਉਸ ਤੋਂ ਬਾਅਦ ਕੁਛ ਦੇਰ ਲਈ CM ਰਹੇ ਆਪਣੇ ਕਾਂਗਰਸ ਦੇ ਹੋਰ, ਉਹਨਾਂ ਤੋਂ ਵੀ ਕੁਛ ਨਹੀਂ ਹੋਇਆ। ਉਸ ਤੋਂ ਬਾਅਦ ਮੌਜੂਦਾ ਸਰਕਾਰ ਹੈ ਇਹਨਾਂ ਦਾ ਵੀ ਕੋਈ ਬਹੁਤਾ ਇੰਟੈਂਸ਼ਨ ਲੱਗਦਾ ਨਹੀਂ ਵੀ ਇਸ ਮਸਲੇ ਦਾ ਹੱਲ ਕੀਤਾ ਜਾਵੇ ਅਤੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ। ਇਹ ਬਹੁਤ ਹੀ ਗੰਭੀਰ ਜਿਹੜਾ ਹੈਗਾ ਸੀਨੀਅਰਸ ਕ੍ਰਾਈਮ ਹੈ। 7 ਬੰਦਿਆਂ ਨੂੰ ਇਲੈਕਸ਼ਨ ਤੋਂ ਪਹਿਲਾਂ ਇੱਦਾਂ ਬਲਾਸਟ ਕਰਕੇ ਮਾਰ ਦੇਣਾ ਅਤੇ ਲੋਕਾਂ ਦੇ ਜਿਹੜੇ ਵੋਟ ਦੇ ਅਧਿਕਾਰ ਨੂੰ ਪ੍ਰਭਾਵਿਤ ਕਰਨ ਦੀ ਟੈਰਰਾਈਜ਼ ਕਰਕੇ ਕੋਸ਼ਿਸ਼ ਕਰਨਾ ਬਹੁਤ ਗੰਭੀਰ ਗੱਲ ਹੈ, ਪਰ ਸਰਕਾਰਾਂ ਦੁੱਖ ਦੀ ਗੱਲ ਹੈ ਵੀ ਇਹਨੂੰ ਸੀਰੀਅਸ ਨਹੀਂ ਲੈ ਰਹੀਆਂ। ਤੁਹਾਡੇ ਵੱਲੋਂ ਕੀ ਪੱਖ ਰੱਖਿਆ ਗਿਆ ਜਦੋਂ ਸਟੇਟਸ ਰਿਪੋਰਟ ਦਾਖਿਲ ਕੀਤੀ ਗਈ ਸੀ? ਅਸੀਂ ਉਹਦਾ ਜੇ ਸਟੇਟਸ ਰਿਪੋਰਟ ਸਾਨੂੰ ਕੋਰਟ 'ਚ ਦਿੱਤੀ ਸੀਗੀ ਉਹਦਾ ਰਿਪਲਾਈ ਅਸੀਂ ਦੇਵਾਂਗੇ ਅਗਲੀ ਵਾਰ ਨੂੰ। ਹੁਣ 28 ਤਰੀਕ ਹੈਗੀ ਹੈ 20 ਅਗਸਤ ਇਹਦੇ 'ਚ ਮੌੜ ਬੰਬ ਬਲਾਸਟ 'ਚ 28 ਪਹਿਲੂ ਲੱਗਦੇ ਨੇ ਤੁਹਾਨੂੰ ਉਸ ਦੇ ਵਿੱਚ ਵੀ ਇੱਥੇ ਇੱਥੇ ਜਿਹੜਾ ਤੁਸੀਂ ਵਧੀਆ ਆਪਣੇ ਪਹਿਲੂ ਆਪਣੇ ਰੱਖ ਸਕਦੇ ਹੋ, ਜਵਾਬਦੇਹੀ ਦੇ ਸਕਦੇ ਹੋ? ਦੇਖੋ ਗੱਲ ਇਹ ਹੈ ਵੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ 2017 ਤੋਂ ਇਹਨਾਂ ਨੂੰ ਕਲਿਓ ਮਿਲਿਆ ਸੀ, 2018 ਨੂੰ ਇੱਕ ਇੰਸਟੀਟਿਊਸ਼ਨ 'ਚ ਪਹੁੰਚੀ ਸੀਗੀ, ਉਸ ਤੋਂ ਬਾਅਦ ਇਹਦੀ ਕੋਈ ਡਿਵੈਲਪਮੈਂਟ ਫਰਦਰ ਫਾਰਵਰਡ ਹੋਈ ਨਹੀਂ ਹੈਗੀ ਅਤੇ ਪਤਾ ਨਹੀਂ ਸਰਕਾਰਾਂ ਨੂੰ ਕਿਸ ਗੱਲ ਦਾ ਭੈ ਆ ਜਾਂ ਕਿਸ ਗੱਲ ਦੀ ਹੈ। ਅਸਲ 'ਚ ਵੋਟਾਂ ਦੀ ਰਾਜਨੀਤੀ ਕਰਦੀਆਂ ਨੇ ਸਰਕਾਰਾਂ, ਲੋਕਾਂ ਨੂੰ ਇਨਸਾਫ ਕਿਤੇ ਹੀ ਦਿੰਦੀਆਂ ਨੇ। ਤੁਹਾਡੇ ਵੱਲੋਂ ਕਦੋਂ ਤੱਕ ਰਿਪਲਾਈ ਕਰ ਦਿੱਤਾ ਜਾਵੇਗਾ? 28 ਨੂੰ ਅਸੀਂ ਇਹਦਾ ਰਿਪਲਾਈ ਦੇਵਾਂਗੇ ਕੋਰਟ 'ਚ, 28 ਅਗਲੀ ਡੇਟ ਨਿਸ਼ਚਿਤ ਹੈ ਇਹਦੇ ਵਿੱਚ ਸੁਣਵਾਈ ਲਈ। ਤੁਸੀਂ ਕੋਈ
ਮੰਗ ਰੱਖੀ ਹੈ ਇਸ ਤੋਂ ਇਲਾਵਾ? ਹਾਂ, ਅਸੀਂ ਕਿਹਾ ਵੀ ਜੇ ਪੰਜਾਬ ਸਰਕਾਰ ਦੀ ਸਿੱਟ ਤੋਂ ਕੁਛ ਨਹੀਂ ਬਣਦਾ ਤਾਂ ਇਸ ਮਾਮਲੇ ਨੂੰ NIA ਨੂੰ ਦੇ ਦਿੱਤਾ ਜਾਵੇ। NIA ਨੂੰ ਮਤਲਬ ਜਾਂਚ ਸਾਰੀ ਇਹਦੇ ਤੇ। ਇੰਜਰਡ ਨੇ ਤੇ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਲਈ 1-1 ਕਰੋੜ ਰੁਪਇਆ ਮੁਆਵਜ਼ੇ ਦੀ ਮੰਗ ਵੀ ਕੀਤੀ ਹੋਈ ਹੈ। ਮਹਿੰਦਰ ਸਿੰਘ ਜੋਸ਼ੀ ਸਾਡੇ ਨਾਲ ਮੌਜੂਦ ਸਨ, ਜਿਨ੍ਹਾਂ ਨੇ ਦੱਸਿਆ ਹੈ ਕਿ ਰਿਪਲਾਈ ਜਿਹੜਾ ਉਹਨਾਂ ਵੱਲੋਂ ਜਿਹੜਾ ਜਲਦ ਅਗਲੇ ਮਹੀਨੇ ਜਿਹੜਾ ਉਹ ਫਾਈਲ ਕੀਤਾ ਜਾਵੇਗਾ, ਲੇਕਿਨ ਉਸ ਤੋਂ ਪਹਿਲਾਂ ਉਹਨਾਂ ਨੇ ਨਾਲ ਇਹ ਵੀ ਕਿਹਾ ਹੈ ਕਿ ਸਿੱਟ ਤੋਂ ਜਿਹੜੀ ਜਾਂਚ ਆ ਉਹ ਜਾਂ ਸ਼ਿਫਟ ਆ ਜਿਹੜੀ ਉਹ NIA ਨੂੰ ਕੀਤੀ ਜਾਵੇ, ਤੇ ਈਵਨ ਜੋ ਮੋੜ ਮੰਡੀ ਬਲਾਸਟ ਮਾਮਲੇ ਦੇ ਵਿੱਚ ਜਿੰਨੀਆਂ ਜਾਨਾਂ ਗਈਆਂ ਨੇ ਉਹਨਾਂ ਨੂੰ ਢੁਕਵਾਂ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ। ਫਿਲਹਾਲ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਪਰਤਾਂ ਖੁੱਲਦੀਆਂ ਨੇ ਇਹ ਵੀ ਦੇਖਣ ਯੋਗ ਰਹਿਣਗੀਆਂ। ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਮੈਂ ਸੰਮਤਪ੍ਰੀਤ ਸਿੰਘ, ਚੰਡੀਗੜ੍ਹ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ।